ਆਪਾਂ ਨਵੇਂ ਵਲੌਗ 'ਚ ਫਿਰ ਜੋ ਵੀ ਹਾਂ ਕ੍ਰੋਸ ਬੰਦੇ ਵਾਂਗ ਪਾ ਤੂੰ ਚੱਲ ਆਏ ਹਾਏ 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 ਗਰਮੀ ਗਰਮੀ ਹੋ ਗਈ ਅੱਛਾ ਜੀ ਲਓ ਜੀ ਮਿੱਤਰੋ ਸਵਾਗਤ ਆ ਨਵੇਂ ਵਲੌਗ 'ਚ ਇਹਨੂੰ ਕਰਦੇ ਹਾਂ ਜੌਂਗੇ ਨੂੰ ਸਟਾਰਟ ਦੇਖਦੇ ਹਾਂ ਅੱਜ ਚਲਾ ਕੇ ਇਹਨੂੰ ਇਹ ਹੈਗਾ 8 ਫੁੱਟ ਆ ਸੁਪਰ ਸਿਲਡਰ ਅਤੇ ਇੱਧਰ 855 ਨਵਾਂ ਦੇਖਦੇ ਹਾਂ ਖਿੱਚਦਾ ਜਾਂ ਨਹੀਂ ਖਿੱਚਦਾ ਹੈਗਾ ਫਿਰ ਜੋ ਵੀ ਦਿੱਕਤ ਪਰੇਸ਼ਾਨੀ ਆਊਗੀ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਉਹ ਤੁਸੀਂ ਵੀਡੀਓ 'ਚ ਦੇਖ ਹੀ ਲਓਗੇ ਹੈ ਨਾ ਕਿਉਂਕਿ ਇਹ ਤਾਂ ਹਾਈ ਲੋ 30 ਸਪੀਡ ਨਹੀਂ ਹੈਗਾ ਦੇਖਦੇ ਹਾਂ ਬਾਕੀ ਚਲਾ ਕੇ ਆਪਾਂ ਦੇਖਦੇ ਹਾਂ ਲੋ ਆ ਇਕੱਲਾ ਹਾਈ ਲੋ ਆ ਮੈਂ ਕਿਹਾ 30 ਸਪੀਡ ਨਹੀਂ ਹੈਗਾ ਬਰੋ ਠੀਕ ਆ ਨਾ ਮਾੜਾ ਸੁਣ ਲਿਆ ਕਰ ਹਾਂ ਕ੍ਰੋਸ ਬੰਦੇ ਵਾਂਗ ਪਾ ਤੂੰ ਚੱਲ ਕ੍ਰੋਸ ਪਾਈਏ ਫਿਰ ਇਹਨੂੰ ਚੱਲਦਾ ਖੇਤ ਲੈ ਕੇ ਦਿਖਾਉਣੇ ਆ ਫਿਰ ਕਿੱਦਾਂ ਚੱਲਦਾ ਲੋ ਜੀ ਗਰਮੀ ਗਰਮੀ ਦਾ ਹੋ ਗਿਆ ਮੁੰਡੇ ਤੇ ਚੱਲਦੇ ਨੂੰ ਖੇਤ ਲੈ ਕੇ ਚੱਲ ਚੱਲ ਦੇਖਦੇ ਹਾਂ ਫਿਰ ਕਿੱਦਾਂ ਰਹਿੰਦੀ ਇਹਦੀ ਪਰਫੋਰਮੈਂਸ ਚਲਾ ਕੇ ਦੇਖਦੇ ਹਾਂ ਅੱਜ ਹਾਏ 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 ਚੱਲ ਚੱਲਦੇ ਮਿੱਤਰੋ ਖੇਤ ਲੈ ਕੇ ਦਿਖਾਉਣੇ ਫਿਰ ਪਾਣੀ ਪੀ ਕੇ ਚੱਲਦੇ ਆ ਗਰਮੀ ਗਰਮੀ ਹੋ ਗਈ ਅੱਛਾ ਜੀ ਬਸ ਬਸ ਮਿੱਤਰੋ ਆਪਾਂ ਚੱਲੇ ਹੁਣ ਖੇਤ ਸੁਪਰ ਸਿਲੈਂਡਰ ਲੈ ਕੇ ਤੇ ਆਪਾਂ ਨੇ ਸੁਪਰ ਸਿਲੈਂਡਰ ਪਾ ਲਿਆ ਦਿਖਾਉਣੇ ਤੁਹਾਨੂੰ ਜਾ ਕੇ ਕਿੱਦਾਂ ਚੱਲਦਾ ਹੈ ਆਹੋ ਪੂਰੇ ਚਲਾਏਗਾ ਤੂੰ ਰੋੜੇ ਨੇ ਉਰੇ ਆਪਣੀ ਮੋਟਰ ਇੱਧਰ ਆ ਆਹ ਸਪੈਦਿਆਂ ਵੱਲ ਆਹ ਰਸਤਾ ਜਾਂਦਾ ਸਿੱਧਾ ਜੀਰੀਆਂ ਹੁਣ ਲੱਗ ਗਈਆਂ ਆਪਣੀਆਂ ਨਿਰਸਰਨ ਜਿਹੜਾ ਹੈਗਾ ਆਪਣਾ ਕੈਥਲ ਚੀਕੇ ਕੋਲ ਪਿੰਡ ਆ ਆਪਣਾ ਆਹ ਰਿਪੋਰਟ ਆ ਜੀਰੀਆਂ ਦੀ ਮੀਂਹ ਪੈ ਕੇ ਹਟਿਆ 2-3 ਦਿਨ ਹੋ ਗਏ ਉਹਦੇ ਕਰਕੇ ਪਾਣੀ ਖੜਾ ਇੱਥੇ ਗਰਮੀ ਗਰਮੀ ਹੋ ਗਈ ਗੋਲੂ ਗੋਲੂ ਬਾਲਾ ਔਖਾ ਪੈਂਦਾ ਹੋਇਆ ਬਹੁਤ ਜ਼ਿਆਦਾ ਔਖਾ ਖੜਾ ਸੀਗਾ ਨਾ ਉਹਦੇ ਕਰਕੇ ਅਸੀਂ ਤੂੜੀ ਤਾੜੀ ਲੱਗੀ ਹੋਈ ਸੀਗੀ ਚਰ ਪੈ ਰਹੀ ਆ ਚੱਲ ਦੇਖਦਾ ਅੱਜ ਚਲਾ ਕੇ ਦੇਖਦੇ ਹਾਂ ਜਿਹੜੀ ਕਮੀ ਪੇਸ਼ੀ ਹੋਈ ਇਹ ਖਿੱਚਦਾ ਜਾਂ ਨਹੀਂ ਖਿੱਚਦਾ ਹੈਗਾ ਲੱਗ ਜੂ ਪਤਾ ਅੱਜ ਜਿਹੜਾ ਕਹਿੰਦਾ ਝੋਟਾ ਫਲਾਣਾ ਟੀਕਾ ਜੇ ਵੋ ਅੱਜ ਪਤਾ ਲੱਗ ਜੂ ਝੋਟੇ ਦਾ ਹੈ ਓਏ ਨਾ ਨਾ ਉਹਦਾ ਡੰਡਾ ਵੱਡਾ ਉਹਦੇ ਕਰਕੇ ਆ ਤੂੰ ਚੱਲੀ ਜਾਣ ਥੋੜ੍ਹਾ ਜਿਹਾ ਚੱਕ ਲੈ ਬਸ ਲਾਈਵ ਮਤਲਬ ਚੱਲੀਏ ਵਿਊ ਦੇਖੋ ਕਿੰਨਾ ਘੈਂਟ ਆ ਉੱਧਰ ਮੌਸਮ ਦੇਖੋ ਕਿੰਨਾ ਘੈਂਟ ਆ
ਲਿਸ਼ਕਾਂ ਮਾਰਦਾ ਲਿਸ਼ਕਾਂ ਦੇਖਦੇ ਹਾਂ ਬਾਬਿਓ ਕੀ ਰੰਗ ਲਾਉਂਦਾ ਕਹਿੰਦੇ 855 ਦੇਖਦੇ ਹਾਂ ਚਲਾ ਕੇ ਬ੍ਰੇਕਾਂ ਦੇ ਮੋੜਦਾ ਬਟੋ ਬ੍ਰੇਕਾਂ ਦੇ ਦੋ ਸਾਡੇ ਬੰਦੇ ਦਾ ਉੱਧਰ ਡੈਰੀ ਫਾਰਮ ਦੇ ਕੋਲ ਅਤੇ ਆਹ ਲਿੱਤੀ ਹੋਈ ਹੈ ਥੋੜ੍ਹੀ ਉਹਨਾਂ ਨੇ ਟਿੱਕ ਅਤੇ ਜ਼ਮੀਨ ਉਹਦੇ ਦੋ ਕੁ ਗੇੜੇ ਦੇਣੇ ਸੀਗੇ ਮੈਨੂੰ ਲਾਲਚ ਦੇ ਕੇ ਲਿਆਇਆ ਕਹਿੰਦਾ ਸੁਪਰ ਸੈਂਟਰ ਆਪਾਂ ਚੈੱਕ ਕਰਾਂਗੇ ਹਨਾ ਦੋ ਗੇੜੇ ਨੇ ਆਪਾਂ ਚਲਾਵਾਂਗੇ ਮੈਨੂੰ ਕੀ ਪਤਾ ਸੀਗਾ ਵੀ ਸਬਜ਼ੀ ਵਾਲੀ ਜਗ੍ਹਾ ਉੱਤੇ ਦੋ ਗੇੜੇ ਉਹਨੂੰ ਕਹਿ ਰਿਹਾ ਇਹ ਚੱਲ ਚੌਦਾਂ ਜੀ ਹੋ ਗਿਆ ਅਤੇ ਆਪਾਂ ਚੱਲਦੇ ਹਾਂ ਇੰਨੀ ਜਗ੍ਹਾ ਕਵਰ ਕਰਨੀ ਆਪਾਂ ਨੇ ਇੰਨੀ ਜਗ੍ਹਾ ਜੀ ਮਿੱਤਰੋ ਬਹੁਤ ਬੜਾ ਪਲਾਟ ਆ